ਸਟੀਰਾਇਡ ਦਾ ਇੰਨਾ ਕੁ ਨੁਕਸਾਨ ਹੈ ਕਿ ਆਪਣੇ ਆਪ ਮੌਤ ਨੂੰ ਦਾਵਤ ਦੇਣੀ। ਇਸ ਖੁਸ਼ੀ ਚ ਅੱਜ ਮੈਂ ਦੋ ਮੈਚ ਛੱਡ ਕੇ ਇੱਥੇ ਫਿਰ ਖੇਡਣਾ। ਕੁੜੀਆਂ ਵੀ ਗੁਲੈਨ ਨੂੰ ਮਾਰ ਨਹੀਂ ਨਹੀਂ ਮਾਰਨ ਵੀ ਫਿਰ ਲੈਣ ਮਾਰੀ ਤੇ ਉਧਰ ਫਿਰ ਸਿਰਫ ਆਵਾਮ ਇਹ ਤਕਰੀਬਨ ਹਰ ਮੇਲੇ ਤੇ ਜ਼ਿਆਦਾ ਇੱਥੇ ਸ਼ਾਮ ਕੇ ਪੱਟੀਆਂ ਹੀ ਮੈਂ ਆਇਆ ਸੀ ਪਿਛਲੇ ਵੱਡੇ ਮੇਲੇ ਤੇ ਬਾਠਾਂ ਚ ਉੱਥੇ ਫਿਰ ਆਵਾਮ ਨੇ ਬੜਾ ਇਸ ਖੁਸ਼ੀ ਚ ਅੱਜ ਮੈਂ ਦੋ ਮੈਚ ਛੱਡ ਕੇ ਇੱਥੇ ਫਿਰ ਖੇਡਣਾ। ਇਹਦੀ ਕੀ ਵਜ੍ਹਾ? ਬਸ ਮੁਹੱਬਤ ਪਿਆਰ ਮੁਹੱਬਤ ਬੜੀ ਕਰਦੇ ਨੇ ਇਸ ਪਿੰਡ ਵਾਲੇ। ਕੁੜੀਆਂ ਵੀ ਗੁਲੈਨ ਨੂੰ ਮਾਰ ਨਹੀਂ ਮਾਰਨ ਵੀ ਫਿਰ ਲੈਣ ਮਾਰੀ ਤੇ ਉੱਧਰ ਫਿਰ ਇੱਥੇ ਨੀ ਲੈਣ ਵੱਜ। ਕਬੱਡੀ ਤੋਂ ਪਹਿਲਾਂ ਕੀ ਖਾ ਖੂ ਗਿਆ? ਕਬੱਡੀ ਤੋਂ ਪਹਿਲੇ ਤਕਰੀਬਨ ਅਸੀਂ ਕੁਛ ਵੀ ਨੀ ਖਾਈ ਦੀ, ਰਾਤ ਨੂੰ ਖਾਈ ਦੀ ਜਾਂ ਸੁਬਾਹ ਫਸਟ ਟਾਈਮ ਖਾਈ ਦੀ, ਕਿਉਂਕਿ ਖਾਧੀ ਹੋਵੇ ਕੁਛ ਸ਼ਾਇਦ ਫਿਰ ਕੌਡੀ ਨੀ ਖੜੀ। ਤੁਹਾਡੇ ਉਸਤਾਦ ਦਾ ਨਾਮ? ਮੇਰੇ ਉਸਤਾਦ ਦਾ ਨਾਮ ਨਿਸਾਰ ਪੱਟੀ। ਨਿਸਾਰ ਪੱਟੀ, ਹਾਂਜੀ। ਕੀ ਰੂਟੀਨ ਹੈ ਆਪਣੀ ਗੇਮ ਗੂਮ ਕਰਨ ਦਾ, ਸੁਬਾਹ ਟਾਈਮ ਤੇ ਸ਼ਾਮ ਟਾਈਮ? ਬਸ ਹੁਣ ਗਰਮੀਆਂ 'ਚ ਤਾਂ ਮੈਚ ਹੀ ਨੇ, ਸਰਦੀਆਂ ਟ੍ਰੇਨਿੰਗ ਕਰੀ ਦੀ ਫਸਟ ਟਾਈਮ ਵੀ ਸੈਕਿੰਡ ਟਾਈਮ ਵੀ। ਹਾਂਜੀ, ਗਰਾਊਂਡ ਸਟੀਰ ਆਇਲ ਦਾ ਬੜਾ ਇਸ਼ੂ ਹੁੰਦਾ। ਸਟੀਰ ਆਇਲ ਜਿਹੜੇ ਕਰਦੇ ਨੇ ਉਹ ਲੰਮੀ ਕੌਡੀ ਨਹੀਂ ਖੇਡਦੇ। ਇਹਨਾਂ ਸੱਚ ਦੱਸੋ ਕਿ ਸਟੀਰ ਆਇਲ ਕਿੰਨਾ ਨੁਕਸਾਨ ਹੁੰਦਾ? ਸਟੀਰਾਇਡ ਦਾ ਇੰਨਾ ਕੁ ਨੁਕਸਾਨ ਹੈ ਕਿ ਆਪਣੇ ਆਪ ਮੌਤ ਨੂੰ ਦਾਵਤ ਦੇਣੀ, ਠੀਕ ਹੈ, ਬਹੁਤ ਜ਼ਿਆਦਾ ਨੁਕਸਾਨ ਹੈ ਕਿਉਂਕਿ ਉਹ ਦਿਲ ਤੇ ਗੁਰਦਿਆਂ ਤੇ ਦਿਮਾਗ ਤੇ ਅਸਰ ਕਰਦਾ। ਅਸੀਂ ਸਟੀਰਾਇਡ ਕਰੀ ਆ ਤੇ ਸਾਡੇ ਵੀ ਅੱਜ ਇਹੀ ਨਿਕਲੇ ਹੋਣਾ ਹਰਸ਼ ਹੈ, ਅਸੀਂ ਜਿੰਨਾ ਕੁ ਹੈ ਓਰੀਜਨਲ। ਉਸਤਾਦਾਂ ਦਾ ਕੋਈ ਵਾਕਿਆ ਕੋ ਤੁਹਾਡੇ ਜ਼ਿਹਨ ਚ ਹੋਵੇ, ਪੁੱਤਰਾ ਕਿਹਾ ਮੈਦਾਨ ਦੇ ਵਿੱਚ ਚੀਜ਼ ਨਾਲ ਰੱਖੀ ਤੇ ਕਾਮਯਾਬ? ਉਸਤਾਦ ਇਹ ਗਰਾਊਂਡ ਚ ਵਾ ਵਧੂ ਆਪਣਾ, ਮੇਰੇ ਪਹਿਲੇ ਉਸਤਾਦ ਨੇ ਹਫਤ ਅਰਸ਼ਦ ਸਾਹਿਬ ਮੇਰੇ ਪਿੰਡ ਦੇ ਗਰਾਊਂਡ ਚ ਵਾ ਵਧੂ, ਮੈਂ ਆਉਣਾ ਉਹਨਾਂ ਜਦੋਂ ਵੀ ਮੈਂ ਆਉਣਾ, ਮੇਰੀ ਕੌਡੀ ਦੀ ਵਰੀ ਇੱਥੇ ਮੈਂ ਕੌਡੀ ਪਾ ਲਾਂ। ਠੀਕ ਹੈ, ਬਿਸਮਿਲਾ ਕਰੋ ਜੀ। ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ। ਇਹ ਦੀ ਮੂੰਛੋ ਵਾਲੋ ਕੇ ਸਟਾਈਲ ਸੇ ਪਹਿਚਾਨੇ ਜਾਤੇ ਹਨ। ਕੈਮਰਾਮੈਨ ਸਦਾਮ ਅੰਸਾਰੀ ਕੇ ਸਾਥ ਫੈਸਲ ਅੰਸਾਰੀ ਕੋ ਇਜਾਜ਼ਤ ਦੀਜੀਏ। ਫੀ ਇਮਾਨ ਅੱਲਾਹ।